ਕਿਸੇ ਬੰਦੇ ਦਾ ਜੀਵਨ ਵੇਖ ਕੇ, ਕਿਸੇ ਬੰਦੇ ਦੀ ਚੜ੍ਹਾਈ ਵੇਖ ਕੇ, ਕਿਸੇ ਬੰਦੇ ਦੇ ਬਿਜ਼ਨਸ ਨੂੰ ਦੇਖ ਕੇ ਅੰਦਰੋਂ ਅੰਦਰੀ ਸੜੀ ਜਾਣਾ ਤੇ ਉਹਦਾ ਨੁਕਸਾਨ ਹੋਵੇ ਤੇ ਖੁਸ਼ ਹੋਈ ਜਾਣਾ, ਭਾਵੇਂ ਬੋਲੇ ਨਾ ਪਰ ਅੰਦਰੋਂ ਅੰਦਰੀ ਖੁਸ਼ ਹੋਵੇ, ਉਹ ਵੀ ਨਿੰਦਿਆ ਹੀ ਹੈ। ਮਹਾਰਾਜ ਨੇ ਪਤਾ ਕਿ ਉਹਦਾ ਪਤਨ ਕਿਵੇਂ ਹੁੰਦਾ? ਇਹ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ, ਨਿੰਦਕ ਐਸੇ ਹੀ ਝਾਰ ਭਰੀਏ, ਇਹ ਨਿਸ਼ਾਨੀ ਸੁਣੋ ਤੁਮ ਭਾਈ ਜੋ ਕਾਲਰ ਭੀਤ ਗਿਰੀਏ। ਕਲਰ ਵਾਲੀ ਜਿਹੜੀ ਕੰਧ ਹੈ, ਜਿਹੜੀਆਂ ਤੁਸੀਂ ਕੋਠੀਆਂ ਬਣਾ ਕੇ ਆਏ ਹੋ ਪੂਰੇ ਪੈਸੇ ਲਾ ਕੇ, ਤੁਸੀਂ ਜਾ ਕੇ ਦੇਖਿਓ ਉਹਦੇ ਜ਼ਿਆਦਾ ਪਲਸਤਰ ਡਿੱਗਾ ਹੋਣਾ। ਜਿਹੜੀ ਕਲਰੀ ਕਲਰੀ ਮਿੱਟੀ ਦੀ ਇੱਟ ਭਾਵੇਂ ਪੱਕ ਵੀ ਜਾਏ, ਉਸ ਨੂੰ ਸੀਮਿੰਟ ਨਾਲ ਪਾ ਵੀ ਲਿਓ, ਉੱਤੇ ਵੀ ਉਹਦੇ POP ਵੀ ਕਰ ਦਿਓ ਨਾ, ਪਰ ਅੰਦਰ ਵਾਲੇ ਕਲਰ ਨੇ ਇੱਟ ਨੂੰ ਤੋੜ ਕੇ, ਸੀਮਿੰਟ ਨੂੰ ਤੋੜ ਕੇ, POP ਨੂੰ ਤੋੜ ਕੇ ਬਾਹਰ ਨਿਕਲਣਾ। ਗੁਰੂ ਜੀ ਕਹਿੰਦੇ ਆ ਜਿਸ ਬੰਦੇ ਨੂੰ ਪਰਾਏ ਦਾ ਸੁੱਖ ਵੇਖ ਕੇ ਅੰਦਰੋਂ ਖੁਸ਼ ਹੋਣ ਦੀ ਆਦਤ ਪੈ ਜਾਏ, ਸਮਝੋ ਉਹਦਾ ਅੰਦਰ ਕਲਰੀ ਮਿੱਟੀ ਦੀ ਤਰ੍ਹਾਂ ਝਰਨ ਲੱਗ ਪਿਆ।